ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੰਘਾਲੀ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਭਾਲੇ ਸਿੰਘ ਹੋਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹਰ ਵਰਾਇਟੀ ਦੇ ਪਸ਼ੂ ਤੁਹਾਨੂੰ ਦਿਖਾਵਾਂਗੇ। ਮੱਝਾਂ ਵੀ ਵਿਖਾਉਣੀਆਂ, ਜ਼ਿਆਦਾ ਇੱਕੋ ਹੀ ਗਾਂ ਤੁਹਾਨੂੰ ਵਿਖਾਉਣੀ ਆ। ਇਹ ਵੀਡੀਓ ਐਂਡ ਤੱਕ ਵੇਖਿਓ ਜ਼ਰੂਰ। ਵੱਡੇ ਛੋਟੇ ਭਾਅ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ, ਕੋਈ ਜ਼ਿਆਦਾ ਦੁੱਧ ਵਾਲੀਆਂ, ਕੋਈ ਥੋੜ੍ਹੇ ਦੁੱਧ ਵਾਲੀਆਂ, ਕੋਈ ਜ਼ਿਆਦਾ ਮੁੱਲ ਵਾਲੀਆਂ, ਕੋਈ ਘੱਟ ਮੁੱਲ ਵਾਲੀਆਂ ਵਾ। ਹਰ ਵਰਾਇਟੀ ਦੇ ਪਸ਼ੂ ਤੁਹਾਨੂੰ ਵਿਖਾਉਣੇ ਆ। ਇੱਕ ਆ ਨੀਲੀ ਪੂਰੀ ਵੀ ਤੁਹਾਨੂੰ ਦਿਖਾਵਾਂਗੇ, ਕੋਈ ਮੀਨੀ ਆ, ਆ ਤੋਕੜ ਗੱਭਣ ਚੱਕ ਪਾਸੇ ਆ ਵਾਲੀ ਪੂਰੀ, ਸਾਰੀ ਵਰਾਇਟੀ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ, ਸਭ ਠੀਕ ਠਾਕ ਜੀ? ਵੇਖ ਗਿਆ ਮਾਲ ਉਦਣ ਵਾਲਾ, ਫਿਰ ਠੀਕ ਆ। ਅੱਜ ਕਹਿੰਦੇ ਭਾਅ ਜਿਹਾ ਜੀ ਕਰ ਦੇਣੀ ਆ। ਅੱਛਾ, ਅੱਜ ਵਰਾਇਟੀ ਸਾਰੀ ਵੱਡੇ ਛੋਟੇ ਭਾਅ, ਠੀਕ ਆ, ਠੀਕ ਆ, ਠੀਕ ਆ, ਠੀਕ ਆ। ਤੇ ਨਾਮ ਦੱਸ ਦਿਓ ਇੱਕ ਵਾਰੀ। ਹਾਂਜੀ, ਪਿੰਡ ਪੰਘਾਲੀ, ਤਹਿਸੀਲ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ, ਠੀਕ ਆ। ਜੈਂਤੀਪੁਰ ਦਾ ਬਿਲਕੁਲ 4 ਕਿਲੋਮੀਟਰ, ਠੀਕ ਆ। ਤੇ ਨੰਬਰ ਹੈਗਾ 98 5 59 21 499, ਠੀਕ ਆ। 73 74 76 09, ਇਹੋ ਹੀ ਦੋਵੇਂ ਨੰਬਰ ਆ, ਠੀਕ ਆ। ਬਾਕੀ ਬਟਾਲਾ ਵੀ ਨਜ਼ਦੀਕ ਹੀ ਆ, ਹਾਂਜੀ, ਠੀਕ ਆ, ਕਰੀਏ ਸ਼ੁਰੂ। ਤੇ ਸ਼ੁਰੂਆਤ ਜਿਹੜੀ ਆ ਬਿਲਕੁਲ ਅੱਜ ਹੀ ਸੂਈ ਮਾਝੇ ਤੋਂ ਹੀ, ਇੱਥੋਂ ਹੀ ਆਪਾਂ ਕਰਨੀ। ਅੱਛਾ, ਜੇ ਜੋਰ ਪ੍ਰੋਪਰ ਪਾ ਦਿੱਤੇ ਨੇ, ਠੀਕ ਆ। ਅੱਛਾ, ਅੱਛਾ ਜੀ, ਬਸ ਚੈੱਕ ਹੀ ਕੀਤੀ ਹੈ। ਕਿੰਨਾ ਕੁ ਦੁੱਧ ਚਵਾਈ ਜਾਊਗੀ? ਅੱਛਾ, ਚਲੋ ਇੰਨਾ ਕਿਤੇ ਕੱਢਣੇ ਚਾਹੀਦਾ। ਤੋਰੋ ਫਿਰ ਇੱਕ ਬਾਕੀ ਥਣ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ। ਕੱਟੀ ਦਿੱਤੀ ਜਿਹੜੀ ਇਹਨੇ ਤੋਰ ਦੋ ਉਦੋਂ, ਬਾਕੀ ਥੱਲਿਓ ਜਿਹੜੀ ਚੰਗੀ ਬਣੀ ਆ। ਜ਼ੇਰ ਜ਼ੂਰ ਜਿਹੜੀ ਇਹਨੇ ਪ੍ਰੋਪਰ ਪਾ ਤੀ ਆ, ਲੈ ਜਾਓ ਜੀ। ਬਾਕੀ ਥਣ ਵੀ ਚੰਗਾ ਦੁੱਧ ਦੁੱਧ ਲੱਗਾ ਹੈ, ਬਾਕੀ ਕੱਟੀ ਦਾ ਥੋੜ੍ਹਾ ਜਿਹਾ ਵੱਧ ਕਰਦੀ ਹੈ। ਚਲੋ ਬੰਦ ਫਿਰ ਵੀਰ ਜੀ। ਅਤੇ ਕਿੰਨਾ ਕੁ ਫਿਰ ਮੁੱਲ ਰੱਖੀਏ ਦਾ ਆਪਾਂ? ਕਿੰਨਾ ਛੋਟਾ? ਜਾਇਜ਼ ਹੀ ਕਰੀਏ ਕਿ ਬਸ ਪਹਿਲੇ ਪਹਿਲੇ ਫੋਨ ਵਾਲੀ ਗੱਲ ਕਰੀਏ? 70,000 ਦੀ ਵਿੱਚੋਂ ਕਿੰਨਾ ਮਾਨ ਕਰ ਦਈਏ? ਬਾਬਾ ਜੀ ਹਾਂ ਨਾਲ ਗੱਲ ਨਾ। ਹਾਂਜੀ, ਮੈਂ ਤੇ 2.7 ਕਿਲੋ 66 ਕੀ ਤਾਂ ਲਈ ਨਹੀਂ, 65 ਕੀ ਤਾਂ ਲਈ ਲੈਣੀ ਆ। ਅੱਛਾ, 63,000 ਦੀ, 63,000 ਦੀ, 63,000 ਦੀ, ਹਾਂ ਤਾਜੀ ਸੂਈ ਮੱਝ ਦੀ, ਤਾਜੀ ਨਹੀਂ ਆ ਵੀ, ਉਹੋ ਜਿਹੀ ਨਹੀਂ ਗੱਲਬਾਤ ਹੈਗੀ। ਠੀਕ ਆ ਜੀ, ਦੁੱਧ 10-12 ਕਿਲੋ ਜ਼ਰੂਰੀ ਨੂੰ ਦੇਣਾ ਜਿਹਦੇ ਜਿਹਦੇ ਸਾਨੂੰ ਕੋ, ਦੇਖੋ ਪਿੰਡਾਂ ਦਾ ਕਹਿੰਦਾ ਨਾ ਬਿਲਕੁਲ ਮੁਲਾਇਮ ਕਾਗਜ਼ ਵਰਗਾ ਵਾ, ਠੀਕ ਆ, ਜਲਦੀ ਜਲਦੀ ਦੇਣਾ ਜੀ। ਹਾਂ ਠੀਕ ਆ, ਤੇ ਆ ਵੀ ਸੂਈ ਸਵਾਈ ਜੇ ਝੋਟੀ, ਇਹ ਸੂਈ ਦੂਜੇ ਉਸਦੇ ਪਈ ਜੇ, ਠੀਕ ਆ, ਠੀਕ ਆ, ਇਹਦੇ ਮਗਰ ਖੱਟਾ ਵਾ, ਦੂਸਰਾ ਸੂਆ ਸੂਈ ਆ, ਤੇ ਤੀਸਰਾ ਦਿਨ ਇਹਨਾਂ ਸੂਈ ਨੂੰ ਆ।
ਬਾਕੀ ਇਹ ਵੀ ਪਿੱਠ ਪੁੜੀ ਦੀ ਚੰਗੀ ਆ, ਥੱਲਿਓਂ ਚੰਗੀ ਤਿਆਰ ਹੋਈ ਆ, ਕੱਦ ਕਾਠ ਵੀ ਇਹਦਾ ਚੰਗਾ। ਬਾਕੀ ਥਣ ਵੀ ਜਿਹੜਾ ਚੰਗਾ ਲੱਗਾ। ਠੀਕ ਜੀ, ਅੱਜ ਲੈ ਆਓ। ਹਾਂ ਕੱਟਾ ਬਿਲਕੁਲ ਤਾਜ਼ਾ ਹੀ ਬੱਚਾ ਵਾ ਜਿਹੜਾ, ਉਹ ਜਿਹੜਾ ਉੱਠਣ ਦਿਆ ਕੱਟਾ ਹੋ ਜਾਇਆ ਇਹਦਾ ਬੰਦ ਵੀ ਜੀ ਨਾ। ਤੇ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ? ਅੱਛਾ 85,000 ਜੀ। ਤੇ ਉਹ ਤੇਰਾ ਦੁੱਧ ਕਿੰਨਾ ਚਵਾਈ ਜਾਊਗੀ? ਠੀਕ ਆ, ਤੇ ਕਰਨਾ ਕੁ 85 ਚ ਮਨ ਦੇਣ ਲੈਣ ਵਾਲੀ ਗੱਲ ਕਰੀ? ਅੱਛਾ 75,000 ਜੀ। ਚਲੋ ਉਹ ਤੇ ਅਜੇ ਦੁੱਧ ਤੇ ਆਉਣਾ ਹੀ ਆ। ਹਾਂਜੀ, ਤੇ ਆਹ ਕਿੰਨੇ ਕੁ ਦੁੱਧ ਵਾਲੀ ਆ? ਅੱਛਾ ਜੀ, ਉਹਦੇ ਨਾਲ ਦੀ ਕੱਟੀ ਆ ਜਿਹੜੇ ਸਾਹਮਣੇ ਚਿੱਟੇ ਮੱਥੇ ਵਾਲੀ। ਠੀਕ ਆ, ਬਾਕੀ ਸੋਹਣੀ ਝੋਟੀ ਆ। ਸੂਆ ਕਿਨਵਾ ਜੀ ਇਹਦਾ? ਪਹਿਲਾਂ ਹੀ ਸੂਆ ਵਾ। ਕਿੰਨੇ ਦਿਨ ਹੋ ਗਏ ਇਹਨਾਂ ਸੂਈ ਨੂੰ? ਮੁੱਲ ਫਿਰ ਇਹਦਾ ਕਿੰਨਾ ਕੁ ਜਾਇਜ਼? ਜੀ ਕਿਵੇਂ ਚੋ ਕਰਦੀ ਕੋ ਛੋਟ ਛਾਟ ਦੇਣ ਵਾਲੀ ਗੱਲ ਕਰੀਏ? ਦੁੱਧ ਕਿੰਨਾ ਜੀ ਇਹਦੇ ਕੋਲ? ਪੱਕਾ ਦੁੱਧ ਹੈਗਾ ਜੀ? ਠੀਕ ਆ, ਕੱਦ ਕਾਠ ਇਹਦਾ ਸਾਰੀਆਂ ਤੋਂ ਉੱਚਾ ਜਿੰਨੀਆਂ ਮੱਝਾਂ ਵਾ ਅੱਜ। ਅੱਛਾ ਠੀਕ ਆ, ਅੱਜ ਇਹ ਕਿ ਵੀਡੀਓ ਕੋਈ ਵੇਖੇ ਪੂਰੀ ਜ਼ਰੂਰ। ਹਾਂਜੀ, ਅੱਛਾ ਸਾਹਿਬ ਪੱਧਰੀ ਤੋਂ ਆਈ ਗਏ ਮਤਲਬ? ਠੀਕ ਆ, 60,000 ਦੀ ਵਿੱਚੋਂ ਕਰਨਾ ਕੋਈ? ਅੱਛਾ 55 ਦੀ ਦੇ ਦੇਣੀ। ਬਾਕੀ ਇਹ ਆ ਵੀ ਕੱਦ ਕਾਠ ਵੀ ਜਿਹੜਾ ਚੰਗਾ ਵਾ, ਤੇ ਗਾੜੀ ਵੀ ਜਗੇ ਤੇ ਵੇਚਣ ਦੀ ਲੋੜ ਪੈਂਦੀ। ਅੱਛਾ 54,000 ਦੀ ਦਾਂਗੇ। ਠੀਕ ਆ ਜੀ, ਤੇ ਹੁਣ ਇੱਕ ਆਹ ਝੋਟੀ ਜੀ, ਇਹ ਹੁਣੇ ਆਪਣੇ ਕੋਲ ਆਈ ਆ। ਠੀਕ ਆ, ਇਹ ਹੁਣੇ ਆਈ ਆ। ਦੂਜਾ ਸੂਗਾ ਇਹਦੇ ਮਗਰ ਹੀ ਲੋਹੀ ਕੱਟੀ ਆ, ਇਹਦੀ ਮਗਰੀ ਕੱਟੀ ਜੀ। ਹਾਂ, ਇਹਦੇ ਕੋਈ 20 ਦਿਨ ਨਾਲੇ 25 ਨਾਲੇ ਮਹੀਨੇ ਦੇ ਲੱਗੇ, ਮਹੀਨਾ ਹੀ ਮੰਨ ਕੇ ਚੱਲੀ ਹੈ। ਦੋਨੋਂ 8 ਕਿਲੋ ਮਿਆ ਵਾ, 7 ਕਿਲੋ ਮਿੰਨ ਕੇ ਲਵੇ। ਤੋਰੋ ਫੇਰ ਇਹਨੂੰ ਸਾਹ ਪੈਦੇ ਵੀ ਥੋੜੀ ਪੱਧਰੀ ਹੋਈ ਜਾਂਦੀ ਮਗਰ। ਮੈਂ ਤਾਂ ਬੜੀ ਐ
ਇਹ ਵੀ ਪਿੱਛੇ ਥੋੜੀ ਪੱਧਰੀ ਸਾਂਭ ਤੋਂ ਆਈ ਆ, ਬਾਕੀ ਜਿਹਨੇ ਘਰ ਚੋਣੀ ਆ ਉਹਦੇ ਲਈ ਚੰਗਾ ਵਾ ਜਿਹਨੇ ਬਾਹਰੋਂ ਦੁੱਧ ਲਿਆਉਣ ਨਾਲ। ਇੱਦਾਂ ਨਾ ਕਰਿਓ, ਥੋੜਾ ਹਵਾ ਨਾ ਚੰਗਾ ਕਰਨਾ ਵਿੱਚ ਛੋਟ ਛੋਟ ਮਗਰ ਵੀ ਕੱਟੀ ਬੁਰੀ ਝੋਟੀ ਮੀਨੀ ਝੋਟੀ ਮੀਨੀ ਝੋਟੀ ਕਹਿਣਾ ਸੀ, ਬੁਰੀ ਝੋਟੀ ਕਿਹਾ ਗਿਆ। ਸਿੱਧੀ ਤੋਰੋ ਇੱਕ ਅਗਲੇ ਦਿਨਾਂ ਦਾ ਜਵਾਬ ਦਿਖਾਇਆ ਫੇਰ ਇੱਕ ਵਾਰੀ, ਠੀਕ ਹੈ ਚਲੋ ਲੈ ਲੈ ਜਾ ਫੇਰ ਠੀਕ ਆ। ਬਾਕੀ ਚੰਗੇ ਪਿੱਠ ਪੁੜੇ ਦੀ ਆ ਤੇ ਚੰਗੇ ਕੱਦ ਕਾਟ। ਹਾਂਜੀ ਠੀਕ ਆ, ਤੇ ਕਿੰਨਾ ਕੁ ਚਵਾਈ ਜਾਊਗੀ ਇਹ? ਇਹ ਕਿੰਨਾ ਕੁ ਚਵਾਈ ਜਾਊ? ਅੱਛਾ ਅੱਛਾ ਠੀਕ ਆ। ਅੱਛਾ ਬਾਕੀ ਇਹ ਵੀ ਖੜੇ ਕੋਈ ਸਾਂਭ ਵਾਲਾ ਝੋਟੀ ਜਿਹੜੀ ਦੁੱਧ ਵਾਲੀ ਆ ਤੇ ਇਹਦਾ ਮੁੱਲ ਫਿਰ? ਹਾਂਜੀ ਠੀਕ ਆ, ਕਿੰਨੇ ਦੀ? ਲੱਖ ਦੀ, ਲੱਖ ਤੋਂ ਅੰਦਰ ਹੀ ਕਰੀ। ਅੱਛਾ 95 ਦੀ, 10-10 ਕੇ ਠੀਕ ਆ। ਬਾਕੀ ਚਲੋ ਦੁੱਧ ਦਾ ਮੁੱਲ ਨੀ ਆ ਸਾਰੇ ਪਾਸੇ ਹਾਂਜੀ ਹਾਂਜੀ, ਜਿੱਦਾਂ ਸੋਨਾ ਘਰ ਵਿਆਹ ਤੇ ਲੋੜ ਵੀ ਤੇ ਕੰਮ ਆ ਜਾਂਦਾ ਉਹ ਚੀਜ਼ ਆ ਇਹ, ਠੀਕ ਆ। ਇਹਨੂੰ ਜਦੋਂ ਮਰਜ਼ੀ ਟੋਕਰ ਨੂੰ ਦੇ ਸਕਦਾ ਬੰਦਾ, ਸੱਜਣ ਨੂੰ ਵੀ ਦੇ ਸਕਦਾ ਵਾ। ਹਾਂਜੀ ਹਾਂਜੀ, ਫੁੱਲਾਂ ਦੀ ਝੋਟੀ ਆ ਜੋ ਅੱਗੇ ਪੈਸੇ ਪੂਰੇ ਕਰਕੇ ਵੀ ਮਈ ਦੇ ਠੀਕ ਆ। ਤੇ ਹੁਣ ਇੱਕ ਆ ਮੱਝ ਜਿਹੜੀ ਆ ਮਈ ਪਾ ਦਈਏ।
ਇਹ ਮੱਝ ਝੋਟੀ ਦੇ ਦੂਜੇ ਦੂਏ ਆ। ਅੱਛਾ, ਬੜੀ ਚੰਗੀ ਝੋਟੀ ਆ, ਬੱਬਾ ਜੀ ਕਹਿਣ ਦੀ ਗੱਲ ਤਾਂ ਵੱਖਰੀ ਆ। ਅੱਛਾ, ਆਰਾਮ ਵੀ ਵੇਖੋ ਕਿਦਾਂ ਦੀ ਆ। ਆ ਛੋਟਾ ਸਿੰਘ, ਹਾਂਜੀ ਹਾਂਜੀ, ਕਹਿਣ ਦੀ ਗੱਲ ਤੇ ਕੋਈ ਹੋ ਰਿਹਾ ਜਦੋਂ ਬੰਦਾ ਆਮੋ ਸਾਹਮਣੇ ਆਊਗਾ ਨਾ। ਹਾਂਜੀ, ਫੋਲ 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 ਤੇ ਸੋਈ ਜੇ ਵੀ ਨਹੀਂ ਸੂ ਵਾਲੀ ਇਹ ਕੱਪ ਨੇ ਹਫਤਾ। ਅੱਛਾ, ਹੁਣੇ ਆਈ ਜੀ, ਹਫਤਾ ਖੜਦੀ ਹੈ। ਅਸੀਂ ਜਿਹੜਾ ਆ ਕੇ ਲਾਈ ਜਾ ਪਾਸ ਦੇ ਸਕਦੇ, ਲੇਵਾ ਮਈ ਗਾਇਆਂ ਵਾਂਗੂ ਬਣਾਉਂਦੀ ਏ। ਠੀਕ ਹੈ, ਵੇਖੋ ਪ੍ਰੀਤੀਆਂ, ਵੇਖੋ ਮਈ, ਬਿਲਕੁਲ ਛੋਟਾ ਸਿੰਘ ਆ, ਮੈਨੂੰ ਪਹਿਲਾਂ ਜਾਣਦੇ ਪਛਾਣਦੇ। ਚੰਗੇ ਪਿੱਠ ਪੁੜੇ ਦੀ ਆ ਜਿਹੜੀ। ਅੱਛਾ, 16 ਕਿਲੋ, ਬਾਕੀ ਜਿਹੜੇ ਹਿਸਾਬ ਨਾਲ ਥਾਣਾ ਹਵਾਨਾ ਲੱਗਾ ਵਾ, ਦੁੱਧ ਵਾਲੀਆਂ ਨਿਸ਼ਾਨੀਆਂ ਤੇ ਇਹਦੇ 'ਚ ਚੰਗੀਆਂ ਵਾ। ਅੱਛਾ, ਸ਼ੁਰੂ ਤੋਂ ਹੀ ਇਹ ਬੰਦਾ ਪੁੱਛਦਾ ਜਿੱਥੇ ਅਸੀਂ ਗਈ ਇਹਨੂੰ ਡਰੈਸ ਕਰਾਂਗੇ। ਹਾਂਜੀ, ਕਿ ਪਹਿਲੇ ਸੂਏ ਤੋਂ ਜਮਾਂਦਰ ਨਿੱਕੀ ਹੁੰਦੀ ਜੋ ਇਦਾਂ ਵੇ। ਠੀਕ ਆ, ਇਹ ਵੀ ਜਾ ਹੁਣ ਹੋਇਆ ਗੱਲ ਕੋਈ ਪੁੱਛਿਆ, ਸ਼ੁਰੂ ਤੋਂ ਹੀ ਇਸ ਤਰ੍ਹਾਂ ਹੋਇਆ, ਸ਼ੁਰੂ ਜਦੋਂ ਆ ਉਹ ਨੰਬਰ ਦੇ ਨਾਲ ਕਿਦਾਂ ਸਕੇ ਪੁੱਛਦਾ ਕਿ ਇਹ ਤੋਂ ਪੁੱਛਦਾ ਇਹਦੀ ਮਾਂ ਦਾ ਵੀ ਇਹੋ ਲੱਛਣ ਆ ਨੇ, ਇਹ ਵੀ ਬਾਰੀ ਹੁੰਦਾ ਆ। ਸਿੰਘ ਵੇਖ ਲਓ, ਕੋਈ ਇਹਦਾ ਸਿੰਘ ਤੇ ਬਣਾਇਆ ਨਹੀਂ, ਛੇੜਨ ਤੇਲ ਨਹੀਂ ਮਿਲਿਆ। ਠੀਕ, ਅੱਜ ਤੇਲ ਕਹੇ ਤੇ ਸਿੰਘਾਂ ਦਾ ਨਹੀਂ ਲੱਗਾ। ਚਲ ਗਰਮੀ ਹੈ ਬਾਬਾ ਜੀ, ਤੇ ਥਾਣੇ ਇਹਦੇ ਕੋਲ ਚਲ। ਤੇ ਇਹਦਾ ਫਿਰ ਮੁੱਲ ਕਿੰਨਾ ਕੁ ਆਪਾਂ ਰੱਖਣਾ? ਅੱਛਾ, ਕਿੰਨੇ ਕੁ ਅੰਦਰ ਦੇ ਦੇਣੀ ਆ? ਪਚਾਨਵੇਂ ਹਜ਼ਾਰ ਦੀ ਕਰਨਾ ਵਿੱਚ ਮਨ ਤਨ ਬਾਬਾ ਜੀ ਹੁਣ ਦੀ ਕੜੀ ਹਾਨਾ ਜੀ ਕੱਪੜ ਕੱਪੜ ਦੇਖਦੀ ਆ। ਹਾਂਜੀ, ਚਲੋ ਕੋਈ ਗੱਲ ਨੀ, ਜਾਣ ਤਾਂ ਕੁਛ ਨੀ ਹੁੰਦਾ। ਹਾਂਜੀ, ਠੀਕ ਆ, ਤੇ ਆ ਬੂਰੀ ਵਿਖਾਈਏ ਹੁਣ ਆਪਾਂ, ਕਿੰਨੇ ਚਿਰ ਦੀ ਚੱਕ ਪਾ? ਅੱਛਾ, ਸੱਤਾਂ ਦੀ ਕੱਪੜ। ਅੱਛਾ, ਕਿਉਂਕਿ ਇਹਦੇ ਆਪਾਂ ਦੇਣਾ ਆਪਾਂ ਨੂੰ ਫਿਰ ਫਿਰ ਅਗਲੇ ਨੇ ਉਸ ਹਿਸਾਬ ਨਾਲ ਸੰਭ ਨੀ ਹੁੰਦੀ ਕਿਸੇ ਨੇ ਤੇ ਆਪਣੀ। ਅੱਛਾ ਅੱਛਾ, ਚਲੋ ਤੋਰੋ ਹਾਂ ਇੱਕ ਵਾਰੀ, ਛਿਆਂ ਸੱਤਾਂ ਦੇ ਅੱਠਾਂ ਦੇ ਲਾਗੇ ਬੰਨੇ ਜਿਹੜੀ ਛਿਆਂ ਸੱਤਾਂ ਦੇ। ਅੱਛਾ, ਬੂਰੀ ਮਿਲੀ ਜੇ, ਵੇਖੋ ਤੇ ਸੱਜਰ ਨੇ ਵੀ ਦੁੱਧ ਉਮੀਦ ਹੈ ਚੰਗਾ ਕੱਢਿਆ, ਮਿਲ ਕੇ ਮੈਨੂੰ ਵੀ ਕਾਫੀ ਚੰਗੀ ਲੱਗੀ ਆ। ਤੇ ਉਂਝ ਵੀ ਕੱਟ ਕੱਟ ਕੇ ਕਿੰਨਾ ਮਹੀਨਾ ਫੇਰ ਸੁਕਣੀ ਆ? ਜਿੰਨੇ ਚਿਰ ਇਹਨੇ ਸੋਣਾ ਵਾ ਉਨੇ ਚਿਰ ਬਾਜ਼ਾਰ ਫੇਰ ਤੇਜ਼ ਹੋ ਜਾਣਾ ਵਾ। ਤੇ ਬਾਕੀ ਜਿਹੜਾ ਵਾ ਮਿਲਕ ਮੇਨ ਵੀ ਆਪ ਦੇਖ ਸਕਦੇ, ਚੰਗੀ ਮੋਟੀ ਲੱਗੀ ਆ, ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਵਾ। ਬਾਕੀ ਮਾਲ ਬਾਬਾ ਜੀ ਫੇਰ ਵੀਰ ਭਰਾ ਇੱਥੇ ਆਪੋ ਸਾਹਮਣੇ ਆਣ ਕੇ ਵੇਖ ਕੇ ਲਵੇ ਸਫਾਈ ਚਾ ਜਿੰਨੀ ਵੀ ਆ। ਗੱਪਣਾ ਮੰਗਣ ਬੰਦੇ ਬਹਿ ਵੀਰ ਭਰਾ, ਠੀਕ ਆ, ਚਲ ਮੈਂ ਕਦੀ ਰਹਿ ਗਿਆ ਕਿ ਨਾਲ। ਤੇ ਇਹਦਾ ਇਹ ਦੁੱਧ ਦਿੰਦੀ ਜੇ? ਦੁੱਧ ਦਿੰਦੀ ਜੇ, ਦੁੱਧ ਹੋਣਾ ਵਾ ਕੋਈ ਗਰੀਬ ਦੇ ਸਾਲ ਨਾ ਕਿੰਨਾ ਬੁਣ ਕਿੰਨੇ ਦੀ ਜਸ ਨਾਲ ਕਰੀ ਬਾਬਾ ਜੀ ਹੁਣ ਦੀ? ਹਾਂਜੀ, 46,000 ਪੱਕੀ। ਅੱਛਾ, ਠੀਕ ਆ ਠੀਕ ਆ, ਕਰਕੇ ਠੀਕ ਆ। ਗੱਬਣ ਚ ਮਾਝਾ ਵੀ ਤਿਆਰ, ਤੁਰ ਦੋ ਕੋਈ ਗੱਲ ਨੀ, ਮੀਨੀ ਮਾਝਾ ਜਿਹੜੀ ਹੈ ਵੀ ਤਿਆਰ ਹੈ।
ਇਹ ਕਿੰਨੇ ਕੁ ਦੁੱਧ ਵਾਲੀ ਆ? ਬਾਕੀ ਜਿਹੜੇ ਵੀਰ ਪਰਖਾ ਲੈਂਦੇ ਆ ਉਹ ਬੋਡੀ ਸਟਰਕਚਰ ਹਵਾਨੇ ਦਾ ਸਟਰਕਚਰ ਵੇਖ ਕੇ ਪਤਾ ਲਾ ਲੈਂਦੇ ਆ ਵੀ ਕਿੰਨੇ ਕੁ ਦੁੱਧ ਵਾਲੀ ਆ। ਬਾਕੀ ਬਾਬਾ ਜੀ ਮੜੀ ਮਈ ਆ ਲੋਲੀ ਪੋਲੀ ਕੋਈ ਵਾਲੀ ਹੈ? ਹਾਂਜੀ ਹਾਂਜੀ ਦੁੱਧ ਵਾਲੀ ਚਮੜੀ ਉਹ ਗੱਡੀ ਪਤਲੀ ਆ। ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਵਾ। ਬਾਕੀ ਗੱਪੜ ਨਹੀਂ ਜਿਹੜੀ ਆ ਥਣਾ ਦੀ ਪਿੱਛੇ ਦੀ ਗਾਰੰਟੀ ਹੋਊ। ਠੀਕ ਹੈ ਜੀ। ਜੇ ਕੋਈ ਇੱਥੇ ਆ ਜਾਂਦਾ ਵੀਰ ਭਰਾ ਚੱਕ ਖਲਾਣ ਦਾ ਤਾਂ ਫਿਰ ਜ਼ਿੰਮੇਵਾਰੀ ਉਹਦੀ ਹੋ ਜਾਂਦੀ ਆ। ਠੀਕ ਆ। ਤੇ ਇੱਥੇ ਆ ਜੇ ਤੇ ਉਹ ਜ਼ਿਆਦਾ ਚੰਗੀ ਗੱਲ ਆ। ਹਾਂਜੀ ਹਾਂਜੀ। ਉਹ ਤਾਂ ਸੱਡੀ ਗੱਲ ਦੇ ਨਾਲ ਗੱਡੀ ਦੇਖੀ ਵੀ ਇਹਨੇ। ਤੇ ਇਹਦਾ ਮੁੱਲ ਫਿਰ ਤੋਰ ਦੋ ਇੱਕ ਦਿਨ ਕਿੰਨੇ ਕੁ ਦੁੱਧ ਵਾਲੀ ਆਏ? ਅੱਛਾ ਕਿੰਨਾ ਚਿਰ ਹੋਇਆ ਸੋਈ ਨੂੰ? ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ? ਅੱਛਾ 15 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਘਰੋਂ ਮਿਲ ਜਾਂਗੇ ਆਪਾਂ। ਠੀਕ ਆ। ਆ ਬੱਚਾ ਬੈਠਾ ਜਿਹੜਾ ਇਹਦਾ, ਆ ਬੈਠਾ ਜੇ ਬੱਚਾ ਇਹਦਾ ਕਾਲਾ। ਚਲੋ ਆ ਜਾ ਕੱਦ ਕਾਠ ਵੀ ਚੰਗਾ ਵਾ। ਤੇ ਇਹਦਾ ਮੁੱਲ ਦੱਸੀਏ ਫਿਰ ਆਪਾਂ ਹੁਣ। ਦੁੱਧ 15 ਲੀਟਰ ਹੁਣ ਮੌਕੇ ਦੇ ਘਰੋਂ ਅੱਛਾ ਠੀਕ ਆ। ਬਾਕੀ ਇਹ ਆ ਹਾਂਜੀ ਤੇ ਬਾਕੀ ਜਿਹੜੇ ਹੁਣ 15 ਦਿਨ ਦੀ ਆ ਤੇ ਜਦੋਂ ਮੌਸਮ ਸੈੱਟ ਹੋ ਗਿਆ ਠੀਕ ਆ। ਬਾਕੀ ਇਹ ਆ ਵੀ ਚਲੋ ਜੋ ਵੀ ਆ ਆਪਣੀ ਇੱਥੋਂ 2 ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਖੜੋ। ਜੋ ਵੀ ਕੁਛ ਹੈ ਤੁਹਾਡੇ ਸਾਹਮਣੇ ਸੂਈਆਂ 2 ਟਾਈਮ ਚੋਲੋ ਗੱਬਨ ਪਾਸ ਕਰਕੇ ਲੈ ਜਾਓ। ਜੇ ਕਿਸੇ ਵੀ ਨਹੀਂ ਆਪਣੀ ਚਵਾਈ ਕਰਕੇ ਖੜਨੀ ਤੇ ਉਹ ਆਪਣੀ ਸਮਝਣਾ ਆਪਣੀ ਜ਼ਿੰਮੇਦਾਰੀ ਤੇ ਪਸ਼ੂ ਖੜੇ।